ਲੁਧਿਆਣਾ ਵਿੱਚ ਬੀਤੀ ਰਾਤ ਇੱਕ ਨੌਜਵਾਨ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਦੀ ਲਾਸ਼ ਪੱਖੇ ਦੇ ਨਾਲ ਲਟਕਦੀ ਮਿਲੀ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ। ਇਸ ਵਿੱਚ ਇਸ ਨੌਜਵਾਨ ਨੇ ਆਪਣੀ ਮੌਤ ਦੇ ਲਈ ਆਪਣੀ ਪਤਨੀ ਅਤੇ ਉਸਦੇ ਇੱਕ ਸਾਥੀ ਨੂੰ ਜ਼ਿੰਮੇਵਾਰ ਠਹਿਰਾਇਆ। ਪਤਨੀ ਦੇ ਪ੍ਰੇਮੀ ਨਾਲ ਫਰਾਰ ਹੋ ਜਾਣ ਕਾਰਨ ਡਰਾਈਵਰ ਦੁਖੀ ਸੀ। ਜੀ ਹਾਂ, ਯਾਨੀ ਕਿ ਜੋ ਨੌਜਵਾਨ ਸੀ ਉਹ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਡਰਾਈਵਰ ਦੁਖੀ ਸੀ। ਉਸਦਾ ਵਿਆਹ ਦੱਸਿਆ ਜਾ ਰਿਹਾ ਕਿ 3 ਸਾਲ ਪਹਿਲਾਂ ਹੋਇਆ ਸੀ। ਫਿਲਹਾਲ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ। ਲਾਸ਼ ਦਾ ਪੋਸਟਮਾਰਟਮ ਹੋਵੇਗਾ। ਜਾਣਕਾਰੀ ਅਨੁਸਾਰ ਪਿੰਡ ਭਾਮੀਆਂ ਕਲਾਂ ਦਾ ਰਹਿਣ ਵਾਲਾ ਇੱਕ ਕੈਂਥ ਰਾਤ ਨੂੰ ਆਪਣੇ ਕਮਰੇ ਦੇ ਵਿੱਚ ਸੀ। ਇਸ ਦੌਰਾਨ ਜਦੋਂ ਉਸਦਾ ਭਰਾ ਉਸਨੂੰ ਬੁਲਾਉਣ ਗਿਆ ਤਾਂ ਉਸਨੇ ਪੱਖੇ ਦੇ ਨਾਲ ਲਾਸ਼ ਲਟਕਦੀ ਵੇਖੀ। ਉਸਨੇ ਰੌਲਾ ਪਾਇਆ ਤਾਂ ਉਸਦੇ ਪਰਿਵਾਰਕ ਮੈਂਬਰ ਅਤੇ ਆਸ ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਉਦੋਂ ਨੂੰ ਉਸਦੀ ਮੌਤ ਹੋ ਚੁੱਕੀ ਸੀ। ਥਾਣਾ ਜਮਾਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਦੇਰ ਰਾਤ ਸਿਵਲ ਹਸਪਤਾਲ ਮੁਰਦਾ ਘਰ ਵਿੱਚ ਰਖਵਾਇਆ। ਪੁਲਿਸ ਮੁਤਾਬਕ ਨੌਜਵਾਨ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਲਿਖਿਆ। ਇਸ ਵਿੱਚ ਉਸਨੇ ਆਪਣੀ ਮੌਤ ਦੇ ਲਈ ਆਪਣੀ ਪਤਨੀ ਕਿਰਨਦੀਪ ਅਤੇ ਉਸਦੇ ਪ੍ਰੇਮੀ ਸੰਦੀਪ ਨੂੰ ਜ਼ਿੰਮੇਵਾਰ ਠਹਿਰਾਇਆ। ਖੁਦਕੁਸ਼ੀ ਨੋਟ ਨੂੰ ਜਾਂਚ ਲਈ ਫੋਰੈਂਸਿਕ ਲੈਬ ਵੀ ਭੇਜਿਆ ਜਾਵੇਗਾ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਨੌਜਵਾਨ ਟਰੱਕ ਡਰਾਈਵਰ ਸੀ। ਥਾਣਾ ਜਮਾਲਪੁਰ ਦੇ ਜਾਂਚ ਅਧਿਕਾਰੀ ASI ਨੇ ਦੱਸਿਆ ਕਿ ਮ੍ਰਿਤਕ ਦੇ ਕਮਰੇ ਦੀ ਜਾਂਚ ਕਰਨ 'ਤੇ ਉਸ ਵੱਲੋਂ ਲਿਖਿਆ ਸੁਸਾਈਡ ਨੋਟ ਮਿਲਿਆ। ਇਸ 'ਚ ਉਸਨੇ ਆਪਣੀ ਪਤਨੀ ਅਤੇ ਉਸਦੇ ਪ੍ਰੇਮੀ ਦਾ ਨਾਮ ਲਿਖਿਆ ਹੋਇਆ। ਹਜੇ ਅਸੀਂ ਆਈ ਹਾਂ, ਹਜੇ ਮੌਕੇ 'ਤੇ ਮੁਲਾਜ਼ਮ ਪਹੁੰਚੇ ਹੋਏ ਨੇ, ਉਹਨਾਂ ਦੀ ਤਫਤੀਸ਼ ਚੱਲਦੀ ਆ। ਉਹ ਦੇਖਦੇ ਹਾਂ ਕਿਉਂ ਇਹ ਹੋ ਰਿਹਾ ਮੌਕਾ ਜਿਹੜਾ ਹੋਇਆ। ਬੰਦਾ ਗੱਡੀ ਚਲਾਉਂਦਾ ਸੀਗਾ, ਮੈਰਿਜ ਹੋਈ ਹੋਈ ਸੀਗੀ ਅਤੇ ਮੈਰਿਜ ਹੋਈ ਆ ਅਤੇ ਕਿਸੇ ਦੇ ਘਰ ਦੇ ਮੇਰੇ ਖਿਆਲ 5-7 ਦਿਨ ਤੋਂ ਗਏ ਹੋਏ ਸੀਗੇ। ਉਹਦੇ ਕਰਕੇ ਡਰਿੰਕ ਕਰਦਾ ਸੀ, ਕੁਛ ਹਰਕਤ ਕਰ ਬੈਠਿਆ। ਇਹ ਰਹਿੰਦਾ ਇੱਥੇ ਹੀ ਸੀਗਾ, ਪਿੰਡੇ ਦਾ ਭਾਮੀਆਂ ਹੀ ਆ ਸਾਡਾ ਪੁਰਾਣਾ, ਸਾਡੇ ਪਿੰਡ ਦਾ ਹੀ ਜੱਦੀ ਪੁਰਾਣਾ ਵਾ ਇਹਦੇ ਫਾਦਰ ਸਾਹਿਬ, ਅਤੇ ਇਹ ਇੱਥੇ ਕਿਰਾਏ 'ਤੇ ਰਹਿੰਦਾ ਸੀ ਵੱਖਰਾ। ਅਤੇ ਅੱਜ ਅਸੀਂ ਹੁਣ ਮੌਕੇ 'ਤੇ ਪਹੁੰਚੀ ਹਾਂ ਜੀ, ਆਈ ਹਾਂ, ਹੁਣ ਦੇਖਦੇ ਹਾਂ ਕੀ ਇੱਥੇ ਤਲਾਹ ਮਿਲੀ ਕਿ ਸ਼ਾਂਤੀ ਵਿਹਾਰ ਕਿਸੇ ਨੇ ਸੁਸਾਈਡ ਕਰ ਲਿਆ, ਮੌਕੇ 'ਤੇ ਆ ਕੇ ਡੈੱਡ ਬੋਡੀ ਕਬਜ਼ੇ ਲਈ ਆ ਅਤੇ ਬਾਕੀ ਵਾਰਸਾਂ 'ਤੇ ਜੋ ਵੀ ਇਹਨਾਂ ਦਾ ਬਿਆਨ ਲਿਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਜਿਹੜੀ ਡੈੱਡ ਬੋਡੀ ਆ ਅਸੀਂ ਮੋਰਚਰੀ ਸਿਵਲ ਹਸਪਤਾਲ ਭੇਜ ਰਹੇ ਹਾਂ। ਕੰਮ ਤਾਂ ਜੀ ਵੈਰੀਫਾਈ ਕਰਨਾ ਜੀ, ਘਰਦਿਆਂ ਨੂੰ ਪਤਾ ਕਰਨਾ ਜੀ, ਡਰਾਈਵਰ ਆ ਜੀ, ਅਤੇ ਉਹ ਸਾਰਾ ਪੜਤਾਲ ਕਰਕੇ ਜੋ ਵੀ ਬਿਆਨ ਲਿਖਾਉਣਗੇ ਮੁਤਾਬਕ ਕਾਰਵਾਈ ਹੋ ਜਾਊਗੀ। ਸਿਵਲ ਹਸਪਤਾਲ ਮੋਰਚੀ ਰੱਖਣ ਜਾ ਰਹੇ ਹਾਂ, ਮਿਲਿਆ ਹੈਗਾ ਉਹਦੀ ਵੈਰੀਫਾਈ ਕਰਕੇ, ਜਿਹੜੇ ਖਿਲਾਫ ਹੋ ਗਏ ਉਹ ਕਾਰਵਾਈ ਕੀਤੀ ਜਾਊ। ਕੋਈ ਉਹਦੀ ਪਤਨੀ ਦੇ ਨਾਲ ਕੋਈ ਅਣਬਣ ਸੀ ਉਹਦਾ ਕਰਕੇ, ਉਹਦੇ ਮੈਰਿਡ ਹੈ, ਬਾਕੀ ਇਹਨਾਂ ਦਾ ਘਰਦਿਆਂ ਤੋਂ ਪਤਾ ਲੱਗਦਾ ਕਰੀਬ 40 ਸਾਲ ਦੱਸਦੇ ਬਾਕੀ ਹੈ ਤੇ ਭਾਮੀਆਂ ਦਾ ਇੱਥੇ ਕਿਰਾਏ ਦਾ ਰਹਿੰਦਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।